ਇਹ ਕਿੱਥੇ ਦਰਖਤ ਆ, ਜਿੱਧਰ ਨੂੰ ਜਾਊਂਗੇ ਨਾ ਉਹਨੇ ਤੁਹਾਡੇ ਵਾਲੀ ਦੇਖੀ ਜਾਣਾ। ਹਾਂਜੀ, ਵੈਲਕਮ ਬੈਕ ਟੂ ਚੈਨਲ ਖੂਹ ਵਾਲਿਆਂ ਵੱਲੋਂ ਵਿੱਚੇ ਨਿਆਣੇ ਦੇ ਵਿੱਚੇ ਸਿਆਣੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿੱਦਾਂ ਠੀਕ ਠਾਕ ਸਾਰੇ? ਬਿੱਲਾ ਭਾਅ ਮੇਰੇ ਨਾਲ ਆ, ਬਿੱਲਿਆ ਸਤਿ ਸ਼੍ਰੀ ਅਕਾਲ ਕਰਦੇ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਅਤੇ ਅੱਜ ਅਸੀਂ ਆਏ ਹਾਂ ਕਪੂਰਥਲੇ ਸਾਇੰਸ ਸਿਟੀ ਵੇਖਣ, ਅਤੇ ਆਓ ਚੱਲੀਏ ਅੰਦਰ, ਟਿਕਟ ਲਈਏ। ਆ ਗਿਆ ਟਿਕਟ ਕਾਊਂਟਰ। ਕੈਮਰੇ ਦੀ ਟਿਕਟ 50 ਰੁਪਈਏ, ਵੀਡੀਓ ਕੈਮਰੇ ਦੀ ਟਿਕਟ 100 ਰੁਪਈਏ। ਵਾਹ ਵਾਹ, ਟਿਕਟ ਲੈਣ ਦੇ ਆ। ਸਕੂਲੋਂ ਆਏ? ਸਕੂਲੋਂ ਬੰਕ ਤਾਂ ਨਹੀਂ ਮਾਰਿਆ? ਕੈਮਰੇ ਦੀ ਟਿਕਟ 50 ਰੁਪਈਏ, ਵੀਡੀਓ ਕੈਮਰਾ ਜੇ ਵੀਡੀਓ ਬਣਾਉਣੀ ਆ ਤਾਂ 100 ਰੁਪਈਆ, ਅਤੇ ਡਰੋਨ ਦੀ ਟਿਕਟ ਨਹੀਂ ਦਿੱਤੀ, ਉਹ ਆਪ ਲੈ ਕੇ ਜਾਣਾ ਪੈਣਾ। ਅੰਦਰ ਆ ਗਏ ਆ, ਹੁਣ ਸ਼ੋ ਸ਼ੁਰੂ ਹੋਣ ਲੱਗਾ, ਉੱਥੇ ਜਾ ਕੇ ਦੇਖਦੇ ਆ। ਆ ਰੇਲ ਗੱਡੀ ਵੀ ਆ ਇੱਕ। ਕਿੰਨੇ ਦਾ ਵੀਰੇ ਕੀ ਸਟਾਰਟ ਕਰਦੇ ਆ? ਹੈ ਟਿਕਟ ਲੱਗਦੀ ਆ, ਇਹ ਵੱਖਰੀ ਲੈਣੀ ਪੈਂਦੀ? ਅੱਛਾ, ਤੁਹਾਡੇ ਕਿੰਨੇ ਦੀ? ਪੱਚੀਆਂ ਦੀ। ਜਾਣਦੇ ਅੰਦਰ ਤੁਰੇ। ਟਿਕਟ ਵਗੈਰਾ ਇਹ ਆਪਣੇ ਆ ਗਏ ਅੰਦਰ। ਆਦੀ ਮਾਰ ਦੇਖਾਂਗੇ ਹੁਣ ਅੰਦਰ, ਠੰਡਾ ਠੰਡਾ। ਮਜ਼ਾਇਲ ਆ ਰੋਬੋਟ ਮੇਜਰ ਪੁਲਾੜ ਜਹਾਜ਼ ਸਪੁਤਨਿਕ ਅਹਿਮ ਪੁਰਜੇ। ਅੱਛਾ, ਉੱਪਰ ਗਿਆ ਸੀਗਾ ਜਿਹੜਾ ਉਹ ਆ ਜਿਹੜਾ ਥੱਲੇ ਪਿਆ। ਸਾਇੰਟਿਸਟ 1869, 1898, 1905, 1913 ਮਸ਼ਹੂਰ ਸਾਇੰਟਿਸਟ ਜਿਹੜੇ ਹੋਏ ਆ ਨਾ ਉਹ ਦੇਖ ਲਏ ਜੀ। ਇਹ ਸਾਰਿਆਂ ਨੇ ਕੋਈ ਨਾ ਕੋਈ ਖੋਜ ਕੀਤੀ ਆ। ਆਹ ਸਾਇੰਟਿਸਟ ਦਾ ਤੁਹਾਨੂੰ ਪਤਾ ਹੀ ਆ, ਇਹ ਬਹੁਤ ਮਸ਼ਹੂਰ ਹੋਇਆ। ਦੇਖਣ ਵਾਲੀਆਂ ਚੀਜ਼ਾਂ ਆ, ਬੰਦੇ ਨੂੰ ਬਹੁਤ ਨੌਲੇਜ ਮਿਲਦੀ ਆ ਸਾਇੰਸ। ਕਿੱਦਾਂ ਨੇ ਸਾਇੰਸ ਸਬਜੈਕਟ ਰੱਖਿਆ ਆ ਉਹ ਤਾਂ ਜ਼ਰੂਰ ਆ ਕੇ ਵੇਖਣ ਇੱਕ ਵਾਰੀ। ਆਪਣੇ ਇੰਡੀਆ ਦਾ ਨੈਸ਼ਨਲ ਪੰਛੀ ਆ ਦੇਖੋ, ਮੋਰ ਆ ਹੈਗੀ, ਮੋਰਨੀ ਦੇਖਿਆ, ਮੋਰ ਲਿਖਿਆ ਨਾ, ਮੋਰ ਪੀਕੋਕ ਦੇਖੀ ਧਿਆਨ ਨਾਲ। ਓਏ ਹੋਏ 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 ਹੋਏ, ਵਾਹ ਵਾਹ, ਆਹ ਇਹ ਚੀਜ਼ ਤਾਂ ਓਏ ਹੋਏ ਹੋਏ ਹੋਏ, ਬਹੁਤ ਵਧੀਆ ਚੀਜ਼। ਇਹ ਜਿਹੜੇ ਲੁਪਤ ਹੋ ਗਏ ਆ, ਬਹੁਤ ਘੱਟ ਗਿਣਤੀ 'ਚ ਰਹਿ ਗਏ ਆ, ਇਹ ਕਾਲਾ ਤਿੱਤਰ, ਚਿੜੀ, ਚਕੋਰ, ਬਾਜ ਬਹੁਤ ਘੱਟ ਰਹਿ ਗਏ ਆ ਜਿਹੜੇ ਨਾ ਉਹ ਇਹਨਾਂ ਨੇ ਉਹ ਚਿੜੀ, ਛੋਟੀ ਚਿੜੀ।
ਦੇਖਿਆ ਵੀ ਹੁਣ ਇਹਨੂੰ ਚੱਕੀ ਰਾਹ ਕਹਿੰਦੇ ਆ। ਹਾਂ ਇਹ ਜਿਹੜਾ ਫੋਟੋ ਕਰਦਾ ਨਹੀਂ ਸੀ ਟਕ 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 ਚੱਕੀ ਰਾਹ ਬੁਲ ਬੁਲ। ਅਜੇ ਇਹਦੀ ਆਵਾਜ਼ ਦਾ ਬਟਨ ਦੱਬਾਂਗੇ ਉਹਦੀ ਆਵਾਜ਼ ਹੀ ਨਿਕਲੂਗੀ, ਇਹ ਬਹੁਤ ਵਧੀਆ ਚੀਜ਼ ਆ ਬਿਨਾਂ ਟਿਕਟ ਤੋਂ। ਪਤਾ ਨਹੀਂ ਕਿੰਨੇ ਵਜੇ ਸ਼ੋਅ ਸ਼ੁਰੂ ਕਰਦੇ ਆ। विभिन्न प्रकार की बीमारियों का इलाज करने के लिए कई तरह के एंटीबायोटिक्स उपलब्ध हैं। एंटीबायोटिक एक प्रकार की दवा होती है। जब मरीज एंटीबायोटिक्स लेता है तो ये आहार नाल से होकर आमाशय में पहुंचता है। ਹਾਂ ਜੀ, ਇੱਕ ਵਜੇ ਇੱਥੇ ਅੰਤਰਿਕਸ਼ ਦਾ ਸ਼ੋਅ ਦਿਖਾਉਂਦੇ ਆ, ਜਿੱਦਾਂ ਸਿਨੇਮਾ ਹਾਲ ਨਹੀਂ ਆ ਉੱਦਾਂ ਦਿਖਾਉਂਦੇ ਆ। ਅਸੀਂ ਚੱਲੇ ਹਾਂ ਅੰਦਰ। ਚੱਲ ਜਾਂਗੇ, ਚੱਲ ਜਾਂਗੇ ਯਾਰ, ਚੱਲ ਜਾਂਗੇ। ਦੇਖ ਕੇ ਆਈਂਦੇ ਹਨ ਜਾਂ ਮਨੁੱਖ ਕੀ ਤੇ ਰਹਿ ਸਕਦਾ ਹਰ ਸਾਂਸ ਠੰਡੀ ਰਾਤ ਦੀ ਤਰ੍ਹਾਂ ਫੇਫੜੋਂ ਕੋ ਜਲਾ ਦਿੱਤੀ ਹੈ। ਐਵਰੈਸਟ ਕਹੇ ਜਾਣ ਵਾਲੇ ਇਸ ਪਹਾੜ ਪਰ ਕਈ ਲੋਕ ਮਰ ਚੁੱਕੇ ਹੈ। ਸ਼ੋਅ ਹੋ ਗਿਆ ਖਤਮ ਜੀ, ਲੇਜ਼ਰ ਸ਼ੋਅ ਸ਼ੁਰੂ ਹੋਣ ਲੱਗਾ। ਲੇਜ਼ਰ ਸ਼ੋਅ ਤੁਹਾਨੂੰ ਦਿਖਾਉਂਦੇ ਆ, ਦੇਖੋ ਹੁਣ ਚੰਗਿਆੜੇ ਜੀ ਨਿਕਲਣੇ ਆ। ਅੰਦਰੋਂ ਸਾਰਾ ਦੇਖ ਲਿਆ ਜੀ, ਓਕੇ ਰਿਪੋਰਟ ਹੋ ਗਈ। ਹੁਣ ਬਾਹਰੋਂ ਦਿਖਾਉਂਦੇ ਤੁਹਾਨੂੰ ਸਾਰੀ ਸਾਇੰਸ ਸਿਟੀ। ਇੱਕ ਘੰਟਾ ਲੱਗਾ ਅੰਦਰ ਸਾਰੇ ਸ਼ੋਅ ਦੇਖਣ ਨੂੰ। ਅਤੇ ਬਿੱਲਾ ਕਹਿੰਦਾ ਭੁੱਖ ਲੱਗ ਗਈ ਆ ਅਤੇ ਹੁਣ ਪੇਟ ਪੂਜਾ ਕਰਨ ਲੱਗੇ ਹਾਂ। ਪੇਟ ਪੂਜਾ ਕਰਕੇ ਫਿਰ ਟੈਂਕ ਤੋਪਾਂ ਡਾਇਨਾਸੌਰ ਸਾਰਾ ਕੁਝ ਦਿਖਾਵਾਂਗੇ। ਹਾਂਜੀ, ਮੈਂ ਤਾਂ ਲੈ ਲਈ ਪਾਣੀ ਦੀ ਬੋਤਲ, ਬਿੱਲੇ ਨੇ ਲੈ ਲਈ ਕੁਲਫੀ। ਆਓ ਫਿਰ ਟੈਂਕ ਤੋਪਾਂ ਦੇਖੀਏ। ਇਹ ਕਾਰਗਿਲ ਤਾਂ ਜਿੱਤੀ ਸੀ, ਇਹਦੀ ਹਿਸਟਰੀ ਲਿਖੀ ਆ, ਪਰ ਇੱਥੇ ਪਾਣੀ ਪੈ ਪੈ, ਮੀਂਹ ਪੈ ਪੈ, ਸੱਤਿਆਨਾਸ ਵੱਜ ਗਿਆ। ਇਹ ਆ ਮਜਾਇਲ, ਨਿਆਣਿਆਂ ਨੂੰ ਲਿਆਓ, ਨਿਆਣਿਆਂ ਨੂੰ ਮਜਾਇਲਾਂ ਟੈਂਕ ਦਿਖਾਓ ਇੱਥੇ ਲਿਆ ਕੇ। ਹੁਣ ਮੈਂ ਦਰਸ਼ਨ ਕਰਾਉਂਦਾ ਉਹਨੂੰ ਟੈਂਕ ਦੇ, ਵੱਡਾ ਟੈਂਕ। ਟਿਕਟ ਤੁਹਾਨੂੰ ਮੈਂ ਦੱਸੂੰਗਾ ਲਾਸਟ ਵਿੱਚ ਵੀਡੀਓ 'ਤੇ, ਕਿੰਨੇ ਦੀ ਟਿਕਟ ਆ, ਬੱਚਿਆਂ ਦੀ ਕਿੰਨੇ ਦੀ ਆ। ਇੱਦਾਂ ਵਾ, ਇਹਦੇ ਵਿੱਚ ਕੈਮਰੇ ਦੀ ਵੀ ਵੱਖਰੀ ਟਿਕਟ ਮਿਲਦੀ ਆ, ਉਹ ਲੈਣੀ ਪੈਂਦੀ ਆ। ਉਹ ਮੈਂ ਤੁਹਾਨੂੰ ਲਾਸਟ ਵਿੱਚ ਸਾਰੀ ਇਨਫੋਰਮੇਸ਼ਨ ਦਊਂਗਾ। ਵਿਊ ਦੇਖਿਓ ਇੱਥੇ, ਵਿਊ ਝੀਲ ਦਾ ਵਿਊ ਦੇਖਿਓ, ਇਹਦੇ ਅੰਦਰ ਆ ਝੀਲ, ਬੋਟਿੰਗ ਵੀ ਕਰਾਉਂਦੇ ਆ। ਵਿਊ ਦੇਖਿਓ, ਬੱਚਿਆਂ ਲਈ ਰੇਲ ਗੱਡੀ ਵੀ ਹੈਗੀ ਆ ਇੱਥੇ। ਵਿਊ ਦੇਖੋ ਤੁਸੀਂ, ਜੇ ਆਉਣਾ ਤੁਸੀਂ ਨਾ ਸਿਆਲਾਂ ਦੇ ਵਿੱਚ ਆਇਓ, ਗਰਮੀਆਂ 'ਚ ਸਾਰੀ ਦੇਖ ਨਹੀਂ ਹੁੰਦੀ, ਗਰਮੀ ਬਹੁਤ ਜ਼ਿਆਦਾ। ਹੁਣ ਅਸੀਂ ਗਰਮੀ 'ਚ ਆਏ ਹਾਂ, ਬਹੁਤ ਮੰਦਾ ਹਾਲ। ਫੈਮਲੀ ਨਾਲ ਆਉਣਾ ਅਕਤੂਬਰ ਤੋਂ ਬਾਅਦ, ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਤੱਕ ਜਦੋਂ ਮਰਜ਼ੀ ਆਓ, ਵਧੀਆ ਵੈਦਰ ਹੁੰਦਾ। ਇੱਕ ਇੱਥੇ ਦਰਖਤ ਆ, ਜਿੱਧਰ ਨੂੰ ਜਾਊਂਗੇ ਨਾ ਉਹਨੇ ਤੁਹਾਡੇ ਵੱਲ ਹੀ ਦੇਖੀ ਜਾਣਾ ਆ। ਇਹਦੀਆਂ ਅੱਖਾਂ ਦੇਖੋ, ਇਹ ਜਿੱਧਰ ਨੂੰ ਤੁਸੀਂ ਲੈਫਟ ਜਾਓਗੇ, ਰਾਈਟ ਜਾਓਗੇ, ਅੱਗੇ ਪਿੱਛੇ ਜਿੱਧਰ ਵੀ ਜਾਓਗੇ ਨਾ, ਇਹਦੀਆਂ ਅੱਖਾਂ ਉੱਧਰ ਨੂੰ ਘੁੰਮ ਜਾਂਦੀਆਂ। ਦੇਖਿਓ
ਸ਼ੋ ਦੇਖਣਾ ਦੌੜੋ ਤੰਬੂ ਜਾ ਸਿੱਧਾ ਜੀ ਚਲੋ ਜੀ ਇੱਥੇ ਕੀ ਬਹਿ ਜੀ ਸੈਂਟਰ 'ਚ ਬਹਿਣਾ ਹਾਂਜੀ ਹੋ ਗਈ ਸਮਾਪਤੀ ਜੀ ਬਹੁਤ ਵਧੀਆ ਸੀਗਾ ਸ਼ੋਅ ਆਪਣੀ ਫੈਮਿਲੀ ਨੂੰ ਜ਼ਰੂਰ ਇੱਕ ਵਾਰੀ ਲੈ ਕੇ ਆਓ ਬਹੁਤ ਵਧੀਆ ਚੀਜ਼ਾਂ ਦਿਖਾਉਂਦੇ ਆ ਇਨਫੋਰਮੇਸ਼ਨ ਬਹੁਤ ਵਧੀਆ ਦਿੰਦੇ ਆ ਕੁਛ ਤਾਂ ਪੱਲੇ ਪਊਗਾ ਜੀ ਵਧੀਆ ਚੀਜ਼ਾਂ ਦਿਖਾਉਂਦੇ ਆ ਫੈਮਿਲੀ ਨੂੰ ਲੈ ਕੇ ਆਓ ਹਰ ਸਿਆਲਾਂ ਦੇ ਵਿੱਚ ਅਤੇ ਹੁਣ ਆਪਾਂ ਲੈ ਕੇ ਆ ਗਏ ਹਾਂ ਜੁਰਾਸਿਕ ਪਾਰਕ ਇੱਥੇ ਡਾਇਨਾਸੌਰ ਬਹੁਤ ਆ ਪੂਛ ਫੜ ਲਈ ਮੈਂ ਤੁਹਾਨੂੰ ਕਿਹਾ ਸੀ ਨਾ ਹੁਣ ਡਾਇਨਾਸੌਰ ਦਿਖਾਵਾਂਗੇ ਦੇਖੋ ਡਾਇਨਾਸੌਰ ਹੁਣ ਪਾਣੀ ਵੀ ਅੰਦਰ ਨੇ ਸਾਰਾ ਦੇਣਾ ਵੇਖੋ ਜੇ ਇੰਨੇ ਹੀ ਐਕਸਪਰਟ ਤਾਂ ਹੈ ਨਹੀਂ ਆ ਜਿਹੜੇ ਵੀਡੀਓ ਬਹੁਤ ਵਧੀਆ ਜਿੱਦਾਂ ਬਣਾਉਂਦੇ ਉੱਦਾਂ ਬਣਾਈਏ ਅਤੇ ਵੀ ਜਿੰਨਾ ਹੋ ਸਕੇ ਉਹਨਾਂ ਤਾਂ ਕਰਦੇ ਹਾਂ ਅਤੇ ਵਧੀਆ ਵੀਡੀਓ ਲੱਗਦੀ ਆ ਨਾ ਲਾਈਕ ਜ਼ਰੂਰ ਕਰ ਦਿਆ ਕਰੋ ਥੋੜ੍ਹਾ ਜਿਹਾ ਹੌਸਲਾ ਵੱਧ ਜਾਂਦਾ ਆ ਹੋਰ ਤਾਂ ਕੁਛ ਨਹੀਂ ਪਤਾ ਲੱਗਦਾ ਵਾ ਵੀ ਸਾਡੀ ਵੀਡੀਓ ਕੋਈ ਦੇਖਦੇ ਆ ਸ਼ੇਅਰ ਕਰਨੀ ਆ ਉਹ ਤੁਹਾਡੀ ਮਰਜ਼ੀ ਆ
ਪਰ ਲਾਈਕ ਜ਼ਰੂਰ ਕਰ ਦਿਆ ਕਰੋ ਅਤੇ ਹੋਰ ਵਧੀਆ ਇਹ ਤੋਂ ਵੀ ਬਣਾਵਾਂਗੇ ਜਿੱਦਾਂ ਹੋ ਸਕੇ। ਕਮੈਂਟ ਕਰਨਾ ਤੁਹਾਡੀ ਮਰਜ਼ੀ ਆ। ਬਾਕੀ ਜੇ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਮਸ਼ਹੂਰ ਚੀਜ਼ ਆ ਜਾਂ ਕੋਈ ਵੀ ਆ ਸਾਨੂੰ ਦੱਸੋ ਕਮੈਂਟ ਕਰਕੇ, ਤੁਹਾਨੂੰ ਨਾਲ ਲੈ ਕੇ ਉੱਥੋਂ ਦੀ ਵੀਡੀਓ ਬਣਾਵਾਂਗੇ। ਵੀਡੀਓ ਦੇ ਵਿੱਚ ਸਾਰਾ ਦਿਨ ਤੁਹਾਡੇ ਨਾਲ ਰਵਾਂਗੇ, ਸ਼ੂਟ ਵਗੈਰਾਂਗੇ। ਬਾਕੀ ਇਹ ਮੈਂ ਤੁਹਾਨੂੰ ਫਿਰ ਇੱਕ ਵਾਰੀ ਕਹਿੰਦਾ, ਆਪਣੀ ਫੈਮਿਲੀ ਨਾਲ ਸਾਇੰਸ ਸਿਟੀ ਦੇਖਣ ਜ਼ਰੂਰ ਆਇਓ, ਬਹੁਤ ਵਧੀਆ ਆ। ਪਰ ਆਇਓ ਸੈਲਾਂ ਦੇ ਵਿੱਚ, ਅੱਗੇ ਵੀ ਮੈਂ ਦੱਸਿਆ ਸੀਗਾ, ਮੈਂ ਫਿਰ ਦੱਸਦਾ। ਅਤੇ ਡਰੋਨ ਸ਼ੋਟ ਹੁਣ ਚੈੱਕ ਕਰਿਓ ਯਾਰਾ, ਦਿਖਾਉਂਦੇ ਤੁਹਾਨੂੰ ਡਰੋਨ ਸ਼ੋਟ, ਚਲੋ ਚੈੱਕ ਕਰੋ। ਇੱਥੇ ਐਰੋਪਲੇਨ ਦਿਖਾਉਂਦੇ ਤੁਹਾਨੂੰ ਹੁਣ, ਐਰੋਪਲੇਨ ਦੇਖੋ ਫਿਰ। ਇਹ ਆ ਫਾਈਟਰ ਜਹਾਜ਼। ਸਾਰੀ ਫਿਲਮ ਸਿਟੀ, ਫਿਲਮ ਸਿਟੀ ਕਹਿੰਦੇ, ਸਾਰੀ ਸਾਇੰਸ ਸਿਟੀ ਘੁੰਮ ਲਈ ਆ, ਤੁਹਾਨੂੰ ਵੀ ਦਿਖਾ ਦਿੱਤੀ ਆ, ਡਰੋਨ ਸ਼ੋਟ ਵੀ ਦਿਖਾ। ਹੁਣ ਐਗਜ਼ਿਟ ਹੋਣ ਲੱਗੇ ਹਾਂ, ਐਗਜ਼ਿਟ ਪੁਆਇੰਟ ਆ ਹੋਇਆ ਜਿੱਥੋਂ ਐਂਟਰੀ ਹੋਈ ਸੀ। ਪੈਂਹਠ ਪੂਰਾ ਸਾਲ ਖੁੱਲ੍ਹਾ ਰਹਿੰਦਾ ਇਹ। ਦੌੜ 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 ਆ ਰਿਹਾ, ਛੇਤੀ 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 ਦੌੜ ਦੌੜ ਦੌੜਨਾ ਚਾਹੀਦਾ ਸਵੇਰ ਨੂੰ ਉੱਠ ਕੇ, ਮੋਰਨਿੰਗ ਟਾਈਮ ਰੇਸਾਂ ਲਾਇਆ ਕਰੋ। ਆ ਜਾ ਬਈ, ਤੁਹਾਨੂੰ ਮੈਪ ਵੀ ਦਿਖਾਉਂਦੇ ਹਾਂ ਸਾਇੰਸ ਸਿਟੀ ਦਾ। ਆਹ ਮੈਪ ਆ, ਹਾਂਜੀ ਮੈਂ ਦੱਸਿਆ ਸੀਗਾ ਤੁਹਾਨੂੰ, ਮੈਂ ਵੀਡੀਓ ਦੇ ਐਂਡ ਦੇ ਵਿੱਚ ਦੱਸੂੰਗਾ ਵੀ ਕਿੰਨੀ ਟਿਕਟ ਆ। ਅਤੇ ਟਿਕਟ ਹੈਗੀ ਆ ਇੱਕ ਜਣੇ ਦੀ 350, ਗੇਟ 'ਤੇ ਐਂਟਰੀ ਫੀਸ ਲੈਂਦੇ ਆ 30 ਰੁਪਈਏ, ਬਾਕੀ ਜੇ ਛੋਟਾ ਕੈਮਰਾ ਲੈ ਕੇ ਜਾਣਾ ਫਿਰ 100 ਰੁਪਈਆ, ਜੇ ਵੱਡਾ ਕੈਮਰਾ ਹੋਇਆ ਫਿਰ 200-300 ਲੈਂਦੇ ਆ। ਜੇ ਤੁਸੀਂ ਵੈਡਿੰਗ ਇੱਥੇ ਸ਼ੂਟ, ਜਿੱਦਾਂ ਵੈਡਿੰਗ ਵਿਆਹ ਤੋਂ ਪਹਿਲਾਂ ਵੈਡਿੰਗ ਸ਼ੂਟ ਕਰਦੇ ਆ, ਉਹ ਆ ਉਹ 1500 ਰੁਪਈਆ ਲੈਂਦੇ ਆ ਇਹ ਸਾਰਾ ਸਮਾਨ ਅੰਦਰ ਲਿਜਾਣ ਦਾ, ਜਿੰਨਾ ਵੀ ਉਹਨਾਂ ਦਾ ਕੈਮਰਾ ਵਗੈਰਾ ਹੁੰਦਾ ਆ। ਅਤੇ 5 ਜਣੇ ਜਾ ਸਕਦੇ ਆ 1500 ਦੇ ਵਿੱਚ। ਅਤੇ ਠੀਕ ਆ ਜੀ, ਫਿਰ ਲਾਈਕ ਕਰ ਦਿਓ ਵੀਡੀਓ ਨੂੰ, ਕਮੈਂਟ ਕਰਨਾ ਕਮੈਂਟ ਵੀ ਕਰ ਦਿਓ ਕੋਈ ਵਧੀਆ ਬਣੀ ਆ ਜਾਂ ਨਹੀਂ ਵਧੀਆ ਬਣੀ। ਅਤੇ ਮਿਲਦੇ ਹਾਂ ਫਿਰ ਕਿਸੇ ਨਵੀਂ ਵੀਡੀਓ 'ਚ ਨਵੇਂ ਥਾਂ 'ਤੇ। ਉਦੋਂ ਤੱਕ ਲਈ ਗੁੱਡ ਬਾਏ, ਸਤਿ ਸ਼੍ਰੀ ਅਕਾਲ, ਬਾਏ ਬਾਏ, ਬਾਏ ਬਾਏ। ਠੀਕ ਆ ਜੀ, ਓਕੇ ਬਾਏ। ਪੂਰਾ ਜਦੋਂ ਮੈਂ ਵਿੱਚ ਆ ਜੂੰਗਾ, ਆ ਗਿਆ ਪੂਰਾ, ਹੁਣ ਮੇਰੇ 'ਤੇ ਟਰੈਕ ਆ, ਹੋ ਗਿਆ ਹਰਾ, ਮੇਰੇ 'ਤੇ ਰਹਿੰਦਾ ਨਾ ਹੁਣ। ਨਹੀਂ ਸਾਈਡ ਨੂੰ ਹੋਇਆ ਇੱਕ, ਹਾਂ ਇੱਕ ਸਾਈਡ 'ਤੇ ਤੂੰ ਆ ਗਿਆ ਹਰਾ, ਇੱਧਰ ਆ ਫੇ ਹਰੇ ਨੂੰ ਆ ਗਿਆ। ਹੁਣ ਮੈਂ ਫੇਰ ਦੁਬਾਰਾ ਕਰ, ਆਉਂਦਾ ਨਹੀਂ